ਉਹਨਾਂ ਦੇ ਘਰ ਦੇ ਜਿਹੜਾ ਸਮਾਨ ਸੀ ਉਹ ਕਿਹਨੇ ਲੁੱਟਿਆ? ਕੋਈ ਸ਼ੈ ਨਹੀਂ, ਲੋਕਾਂ ਦੀ। ਤੇ ਤੁਸੀਂ ਉਹਦਾ ਕੋਈ ਨਹੀਂ ਲੁੱਟਿਆ? ਨਾ ਨਾ, ਅਸੀਂ ਆਵਾ ਕੁੱਕਾ ਨੇ ਇੱਕ ਸ਼ੈ ਨਹੀਂ ਚਾਹੀਦੀ। ਵਾਹ ਜੀ ਵਾਹ, ਆਪਣੀ ਇਮਾਨਦਾਰੀ ਹੈ, ਇਮਾਨਦਾਰੀ ਜਿਹੜੇ ਬੰਦਿਆਂ ਨੂੰ ਰੋਟੀ ਚਾਹ ਲੱਸੀ। ਅੱਛਾ, ਬਸ ਵਾਹ ਜੀ ਵਾਹ। ਦਹੀਂ ਵੀ ਖਾਂਦੇ ਰਹੇ? ਨਾ ਨਾ, ਦਹੀਂ ਨਹੀਂ ਅਸਾਂ ਖਾਧੀ। ਕਿਉਂ ਨਹੀਂ ਖਾਧੀ? ਨਾ ਕਹਿ ਦਿੱਤੀ ਨਹੀਂ। ਹਾਂ, ਬਰਾਦਰੀ ਬੇਸ ਤੇ ਹੁਣ ਤੇ ਚਲੋ ਆਪਸ ਚ ਇੱਕ ਜਗ੍ਹਾ ਤੇ ਬਹਿ ਜਾਂਦੇ ਹੋ। ਹਾਂਜੀ। ਉਸ ਵੇਲੇ ਕੀ ਹੁੰਦਾ ਸੀ ਕਿ ਬਈ ਤੁਹਾਡੇ ਲੋਕ ਜਿਹੜੇ ਥੱਲੇ ਬਹਿ ਕੇ ਰੋਟੀ ਖਾਂਦੇ, ਦੂਸਰਾ ਬੰਦਾ ਉੱਤੇ ਬਹਿ ਕੇ? ਹਾਂਜੀ, ਕਰਕੇ ਪਾਣੀ ਪੀ। ਹਾਂ, ਇਹਦੇ ਬਾਰੇ ਪੁੱਛਣਾ ਤੁਸੀਂ ਆਪਣੀ ਜ਼ਿੰਦਗੀ ਚ ਫਲੇ ਵਾਹੇ ਨੇ? ਵਾਹੇ ਨੇ ਜੀ, ਵਾਹੇ ਨੇ। ਉਹਦੇ ਬਾਰੇ ਦੱਸੋ, ਫਲਾ ਕਿਹਨੂੰ ਕਿਹਾ ਜਾਂਦਾ ਸੀ? ਫਲਾ ਅੱਗੇ ਡੰਗਰ ਜੋ ਹੁੰਦੇ ਸਨ, ਫਿਰ ਉਹ ਫਲਾ ਬਣਾਉਂਦੇ ਸਨ, ਸੇਰੂ ਉਹਦੇ ਦੋ ਹੁੰਦੇ ਸਨ, ਉਹਦੇ ਵਿੱਚ ਛੜਕਾ ਪਾਉਂਦੇ ਸਨ। ਅੱਛਾ। ਉੱਤੇ ਬੇਰੀ ਦੇ ਮੋਹੜੇ ਧਰਦੇ ਸਨ, ਫਿਰ ਉੱਤੇ ਮੋਹੜੀਆਂ ਧਰਦੀਆਂ, ਫਿਰ ਉੱਤੇ ਕਣਕ ਧਰਨੀ, ਫਿਰ ਉਹਨੂੰ ਬੰਨਣਾ, ਆਥੜੀ ਵਗੈਰਾ ਕਰਦੇ ਸੀ? ਆਥੜੀ ਕਰਦੇ ਸਨ, ਹਾਂ, ਜੱਟਾਂ ਨਾਲ ਕੰਮ ਕਰਦੇ ਸਨ। ਵਾਹ ਜੀ ਵਾਹ। ਉਸ ਵੇਲੇ ਕੀ ਮਿਲਦਾ ਹੁੰਦਾ ਸੀ ਤੁਹਾਨੂੰ? ਦਾਣੇ ਮਿਲਦੇ ਹੁੰਦੇ ਸੀ ਕਿ ਪੈਸੇ ਮਿਲਦੇ ਹੁੰਦੇ? ਇਹ ਚਾਰ ਮਾਣੀਆਂ ਦਾਣੇ ਮਿਲਦੇ ਸਨ। ਚਾਰ ਮਾਣ? ਚਾਰ ਮਾਣੀਆਂ। ਚਾਰ ਮਾਣੀਆਂ ਕਿਹਨੂੰ ਕਹਿੰਦੇ ਨੇ? ਇਹ ਦਸਾਂ ਮਣਾਂ ਦੀ ਮਾਣੀ ਹੁੰਦੀ ਸੀ ਕਣਕ ਦੀ। ਅੱਛਾ, 12 ਮਣ ਦੀ ਸੀ ਓਏ। ਹਾਂ, ਕੱਚੇ ਸਨ ਕੀ? 12 ਮਣ ਨਹੀਂ, 10 ਮਣ ਹੁਣ ਇਹ ਪੱਕੇ ਮਣ। ਚਲੋ ਤੇਰੀ ਮੰਨ ਲੈਂਦੇ ਆ। ਅੱਛਾ, 12 ਮਣ। ਹਾਂ, 12 ਮਣ ਆਥੜੀ ਮਿਲਦੀ ਕਣਕ ਦੀ। ਅਸਲਾਮ ਵਾਲੇਕਮ ਜੀ, ਸਤਿ ਸ਼੍ਰੀ ਅਕਾਲ ਆਦਾਬ ਦੋਸਤੋ, ਸਭ ਦਾ ਪੰਜਾਬ ਦੀ ਟੀਮ ਪਿੰਡ ਮਾੜੀ ਭਿੰਡਰਾਂ ਪਹੁੰਚੇ ਹਾਂ ਅਤੇ ਅੱਜ ਸਾਡੇ ਸਾਹਮਣੇ ਦੋ ਬਜ਼ੁਰਗ ਬੈਠੇ ਨੇ। ਇਹ ਬਜ਼ੁਰਗ ਜਿਹੜੇ ਨੇ 150 ਸਾਲ ਦੇ, ਅਤੇ ਇਹ ਬਜ਼ੁਰਗ ਜਿਹੜੇ ਨੇ 100 ਸਾਲ ਦੇ ਕੋਲ ਨੇ। ਠੀਕ ਹੈ, 90 ਕੁ ਸਾਲ ਦੀ ਉਮਰ ਹੋਣੀ ਹੈ। 1.5 ਸਾਲ ਦੇ ਬਜ਼ੁਰਗ ਨੇ, ਇਹਨਾਂ ਦਾ ਅਸੀਂ ਇੰਟਰਵਿਊ ਅੱਜ ਤੋਂ 3 ਸਾਲ ਪਹਿਲਾਂ ਵੀ ਕੀਤਾ ਸੀ। ਉਸ ਵੇਲੇ ਇਹਨਾਂ ਦੀ ਉਮਰ 147 ਸਾਲ ਸੀ, ਹੁਣ 150 ਸਾਲ ਦੇ ਪੂਰੇ ਹੋ ਗਏ ਨੇ। ਅਸੀਂ ਅੱਜ ਬਜ਼ੁਰਗਾਂ ਦੇ ਬਾਰੇ ਵੀ ਪੁੱਛਾਂਗੇ ਅਤੇ ਇਸ ਪਿੰਡ ਦੇ ਹਾਲਾਤ ਦੇ ਬਾਰੇ ਵੀ ਪੁੱਛਾਂਗੇ ਕਿ ਇੱਥੋਂ ਜਿਹੜੇ ਸਿੱਖ ਗਏ ਨੇ ਇਹਨਾਂ ਬਜ਼ੁਰਗਾਂ ਕੋਲੋਂ ਤਾਂ ਅਸੀਂ ਪੁੱਛਿਆ, ਅੱਜ ਇਹਨਾਂ ਕੋਲੋਂ ਵੀ ਪੁੱਛ। ਬਜ਼ੁਰਗੋ, ਕੀ ਹਾਲ ਚਾਲ ਹੈ? ਖੈਰ। ਕੀ ਨਾਮ ਹੈ ਆਪਣਾ? ਆਪਣਾ ਨਾਮ ਬਸ਼ੀਰ ਹੈ। ਬਸ਼ੀਰ? ਹਾਂਜੀ। ਬਾਬਾ ਜੀ, ਤੁਹਾਡਾ ਨਾਂ ਕੀ ਹੈ? ਰਮਜ਼ਾਨ। ਬਾਬਾ ਜੀ, ਤੁਹਾਡੇ ਵਾਲਦ ਦਾ ਕੀ ਨਾਂ ਸੀ? ਕੁਤਬਾ। ਕੁਤਬਾ। ਤੇ ਦਾਦੇ ਦਾ? ਦਾਦੇ ਦਾ ਨਾਂ ਲੱਭਾ। ਲੱਭਾ। ਕਿਹੜੀ ਬਰਾਦਰੀ ਆਪਣੀ? ਮਸੀਹ ਬਰਾਦਰੀ। ਅੱਛਾ, ਮਸੀਹ। ਹਾਂਜੀ, ਸਹੀ ਹੋ ਗਿਆ। ਅੱਛਾ, ਇਹ ਬਾਬਾ ਜੀ ਜੱਟ ਬਾਜਵੇ ਨੇ। ਹਾਂਜੀ। ਅੱਛਾ ਬਜ਼ੁਰਗੋ, ਇਹ ਦੱਸੋ, ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ, ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ? ਉਮਰ ਸਾਡੀ ਇੰਨੀ ਹੋਣੀ, 10-12 ਸਾਲ ਇਹਦੇ ਉੱਤੇ ਹੋ ਜਾਏ ਜੀ ਸਾਲ। ਅੱਛਾ। ਹਾਂ, ਤੇ ਐਸੇ ਪਿੰਡ ਦੇ ਵਸਨੀਕ ਹੋ ਤੁਸੀਂ? ਇਹ ਪਿੰਡ ਦੇ ਵਸਨੀਕ। ਅੱਛਾ, ਇਹ ਜਦੋਂ ਪਿੰਡ ਪਿਆ ਨਾ, ਅਸੀਂ ਜੱਦੀ ਇਸ ਪਿੰਡ ਦੇ। ਅੱਛਾ, ਇਸ ਪਿੰਡ ਦੇ ਤੁਹਾਡੇ ਵਡੇਰੇ? ਵਡੇਰੇ ਵੀ ਸਾਰੇ ਜੱਦੀ। ਅੱਛਾ, ਇਹ ਪਿੰਡ ਜਿਹੜਾ ਮਾੜੀ ਭਿੰਡਰਾਂ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਆਲੇ ਦੁਆਲੇ ਪੱਧਰ, ਉਦੇ, ਚੇਲੇਕੇ, ਦਬੁਰਜੀ, ਅੱਛਾ, ਖਾਨ, ਸਾਧੂ, ਅੱਛਾ, ਪਗਾਲਾ, ਆ ਪਿੰਡ ਲੱਗਦੇ। ਤਹਿਸੀਲ ਕਿਹੜੀ? ਮਾੜੀ। ਤਹਿਸੀਲ ਇਹਦੀ ਕਿਹੜੀ ਸੀ? ਤਹਿਸੀਲਦਾਰੇ ਮੈਨੂੰ। ਅੱਛਾ, ਜ਼ਿਲ੍ਹਾ? ਜ਼ਿਲ੍ਹਾ ਖੁਜਰਾਣਾ। ਅੱਛਾ, ਤਹਿਸੀਲ ਨੂੰ ਸ਼ਹਿਰ ਆਇਆ ਹੁਣ? ਹਾਂ, ਤਹਿਸੀਲ ਨੂੰ ਸ਼ਹਿਰ ਆਇਆ। ਅੱਛਾ 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 ਅੱਛਾ, ਮੈਨੂੰ ਦੱਸੋ, ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ, ਇਹ ਬਜ਼ੁਰਗਾਂ ਦਾ ਅਸੀਂ ਇੰਟਰਵਿਊ ਕੀਤਾ, ਤੁਹਾਡੇ ਪਿੰਡ ਦੇ 100-100 ਸਾਲ ਦੇ ਬਜ਼ੁਰਗਾਂ ਕੋਲ ਵੀ ਪੁੱਛਿਆ ਕਿ ਤੁਹਾਡੇ ਪਿੰਡ 'ਚ ਸਭ ਨਾਲੋਂ ਵੱਡਾ ਬਾਬਾ ਕਿਹੜਾ, ਉਹਨਾਂ ਨੇ ਇਹਨਾਂ ਦਾ ਨਾਂ ਲਿਆ। ਇਹ ਵੱਡੇ ਨੇ। ਤੁਸੀਂ ਜਦੋਂ 12 ਸਾਲ ਦੇ ਸੀ, ਉਸ ਵੇਲੇ ਜਦੋਂ ਪਾਕਿਸਤਾਨ ਨੂੰ ਹਿੰਦੁਸਤਾਨ ਬਣਿਆ, ਤੁਸੀਂ ਇਹਨਾਂ ਨੂੰ ਕਿੰਨੀ ਉਮਰ 'ਚ ਵੇਖਿਆ ਸੀ? ਅਸਾਂ ਇਹਨੂੰ ਵੇਖਿਆ 50-60 ਉਮਰ ਦਾ। ਉਸ ਵੇਲੇ? ਹਾਂ, ਉਸ ਵੇਲੇ 50-60 ਸਾਲ ਦਾ ਸੀ। ਇਹਦੀ ਉਮਰ ਬੜੀ ਹੈ, 150 ਸਾਲ ਇਹਦੀ ਉਮਰ। ਤੁਸੀਂ
ਇਹਨਾਂ ਨੂੰ ਇੰਜ ਹੀ ਵੇਖਿਆ? ਇੰਜ ਹੀ ਵੇਖਿਆ ਸਾ। ਇਹ ਦੱਸਦੇ ਨੇ ਕਿ ਦੂਸਰਾ ਮੇਰੀ ਉਮਰ 150 ਸਾਲ ਹੈ। ਹਾਂਜੀ। ਅੱਜ ਤੋਂ 3 ਸਾਲ ਪਹਿਲਾਂ ਅਸੀਂ ਇਹਨਾਂ ਦਾ ਇੰਟਰਵਿਊ ਕੀਤਾ ਸੀ, ਕਹਿੰਦੇ ਸੀ 147 ਸਾਲ ਹੈ। ਅੱਛਾ, ਠੀਕ ਹੈ, ਇਹ ਗੱਲ ਬਿਲਕੁਲ ਸੱਚੀ ਹੈ? ਹਾਂਜੀ। ਵਾਹ ਜੀ ਵਾਹ, ਤੁਹਾਡੇ ਪਿੰਡ ਦਾ ਸਭ ਨਾਲੋਂ ਪੁਰਾਣਾ ਬਜ਼ੁਰਗ ਹੈ ਇਹ? ਬੇ ਵਾਹ ਜੀ ਵਾਹ। ਅੱਛਾ ਬਜ਼ੁਰਗ, ਤੁਹਾਨੂੰ ਵੀ ਥੋੜ੍ਹੀ ਬਹੁਤ ਹੋਸ਼ ਹੋਣੀ ਹੈ। ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ 47 ਵੇਲੇ? ਬਰਾਦਰੀ ਇੱਥੇ ਇਹ ਮਾੜੀ ਸਾਰੇ ਪਿੰਡਾਂ ਦੀ ਹੈ। ਅੱਛਾ, ਹੋਰ ਜਾਤ ਕੋਲ ਨਹੀਂ? ਇੱਥੇ ਦੋ ਮਾੜੀਆਂ ਨੇ। ਉਹ ਨਿੱਕੀ ਮਾੜੀ ਹੈ, ਉਹ ਕਿਹਨਾਂ ਦੀ ਸੀ? ਉਹ ਵੀ ਪਿੰਡਾਂ ਦੀ। ਉਹ ਵੀ ਪਿੰਡਾਂ ਦੀ? ਅੱਛਾ, ਹਾਂਜੀ, ਇਹ ਵੀ ਪਿੰਡਾਂ ਦੀ ਸੀ? ਇਹ ਵੀ ਪਿੰਡਾਂ ਦੀ। ਇੱਥੇ ਲੰਬੜਦਾਰ ਕਿੰਨੇ ਹੁੰਦੇ ਸੀ ਪਿੰਡਾਂ ਦੇ? ਲੰਬੜਦਾਰ ਹੁੰਦੇ ਸਨ ਦੋ। ਕੀ ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਸ਼ਕੰਦਰ ਸੀ, ਸਿੱਖਾਂ ਦੇ ਨੰਬਰਦਾਰ ਦਾ ਮੈਨੂੰ ਨਹੀਂ ਪਤਾ। ਅੱਛਾ, ਬਹਾਦਰ ਸਿੰਘ ਸਹੀ ਹੋ ਗਿਆ, ਰਲਾ ਸਿੰਘ ਵੀ। ਅੱਛਾ, ਤੁਹਾਡੇ ਜਿਹੜੇ ਬਜ਼ੁਰਗ ਸੀ, ਹਾਂਜੀ, ਇਹਨਾਂ ਦੇ ਨਾਲ ਕੰਮ ਕਰਦੇ ਹੁੰਦੇ ਸੀ ਸਿੱਖਾਂ ਦੇ? ਹਾਂਜੀ, ਆਥਰੀ ਵਗੈਰਾ ਕਰਦੇ ਸੀ? ਆਥਰੀ ਕਰਦੇ ਸੀ, ਜੱਟਾਂ ਨਾਲ ਕੰਮ ਕਰਦੇ ਸੀ। ਵਾਹ ਜੀ ਵਾਹ। ਉਸ ਵੇਲੇ ਕੀ ਮਿਲਦਾ ਹੁੰਦਾ ਸੀ ਤੁਹਾਨੂੰ? ਦਾਣੇ ਮਿਲਦੇ ਹੁੰਦੇ ਸੀ ਕਿ ਪੈਸੇ ਮਿਲਦੇ ਹੁੰਦੇ? ਇਹ 4 ਮਾਣ ਜਾਂ ਦਾਣੇ ਮਿਲਦੇ ਸਨ। 4 ਮਾਣ? 4 ਮਾਣੀਆਂ। 4 ਮਾਣੀਆਂ ਕਿਹਨੂੰ ਕਹਿੰਦੇ ਨੇ? ਇਹ 10 ਮਣਾਂ ਦੀ ਮਾਣੀ ਹੁੰਦੀ ਸੀ ਕਣਕ ਦੀ। ਅੱਛਾ, 12 ਮਾਣ ਦੀ ਸੀ ਓਏ, ਕੱਚੇ ਸਨ ਕੀ? 12 ਮਾਣ ਨਹੀਂ, 10 ਮਾਣ ਹੁਣ ਵੀ ਪੱਕੇ ਮਾਣ। ਚਲੋ 13 ਮਾਣ ਲੈਂਦੇ ਆ। ਅੱਛਾ, 12 ਮਾਣ, 12 ਮਾਣ ਆਥੜੀ ਮਿਲਦੀ ਕਣਕ ਦੀ। ਅੱਛਾ, 2 ਮਾਣੀਆਂ ਕਣਕ, 2 ਮਾਣੀਆਂ ਮੰਗੀ। ਅੱਛਾ, ਹਾਂ, ਵਾਹ ਜੀ ਵਾਹ। ਤੇ ਸਾਰੇ ਕੰਮ ਕਰਦੇ ਸੀ? ਸਾਰੇ ਕੰਮ ਕਰਦੇ। ਤੁਸੀਂ ਵੀ ਆਪਣੀ ਜ਼ਿੰਦਗੀ ਚ ਆਥਰੀ ਕੀਤੀ? ਹਾਂਜੀ, ਵੱਡਿਆਂ ਵੱਡਿਆਂ ਸਾਧਾਂ ਦੀ। ਓਏ ਹੋਏ ਹੋਏ, ਵਾਹ ਜੀ ਵਾਹ। ਜਿਹੜੇ ਸਾਧ ਜੱਟ ਸਨ, ਹਾਂ, ਉਹ ਵੀ ਆਉਂਦੇ ਹੁੰਦੇ ਸਨ, ਆਉਂਦੇ ਹੁੰਦੇ ਸਾਡੇ, ਰਾਤ ਦੀ ਨੀਂਦਰ ਨਹੀਂ ਪੈਂਦੀ ਤੇ ਸਾਨੂੰ ਜਵਾਬ ਦਿੱਤਾ। ਅੱਛਾ, ਹਾਂ, ਵਾਹ ਜੀ ਵਾਹ। ਉਸ ਵੇਲੇ ਪੁਰਾਣੇ ਵਕਤਾਂ ਚ ਫਲਿਆਂ ਦੀ ਵਾਹੀ ਹੁੰਦੀ ਸੀ? ਹਾਂ, ਫਲਿਆਂ ਦੀ ਵਾਹੀ, ਫਲੇ ਵਾਹੁੰਦੇ। ਤੁਸੀਂ ਆਪਣੀ ਜ਼ਿੰਦਗੀ ਚ ਫਲੇ ਵਾਹੇ ਨੇ? ਵਾਹੇ ਨੇ ਜੀ, ਵਾਹੇ ਨੇ ਸਰ। ਉਹਦੇ ਬਾਰੇ ਦੱਸੋ, ਫਲਾ ਕਿਹਨੂੰ ਕਿਹਾ ਜਾਂਦਾ ਸੀ? ਫਲਾ ਅੱਗੇ ਡੰਗਰ ਜਾਂਦੇ ਸਨ, ਫਿਰ ਉਹ ਫਲਾ ਬਣਾਉਂਦੇ ਸਨ, ਸੇਰੂ ਉਹਦੇ 2 ਹੁੰਦੇ ਸਨ, ਉਹਦੇ ਵਿੱਚ ਛੜਕਾ ਪਾਉਂਦੇ ਸਨ। ਅੱਛਾ, ਉੱਤੇ ਬੇਰੀ ਦੇ ਮੋੜੇ ਧਰਦੇ ਸਨ, ਫਿਰ ਉੱਤੇ ਮੋੜੀਆਂ ਧਰਨੀਆਂ, ਫਿਰ ਉੱਤੇ ਕਣਕ ਧਰਨੀ, ਫਿਰ ਉਹਨੂੰ ਬੰਨਣਾ, ਫਿਰ ਉਹ ਡੰਗਰ ਮਗਰ ਪਾਉਣਾ। ਅੱਛਾ, ਹਾਂ, ਫਿਰ ਉਹ ਡੰਗਰ ਘੁੰਮਦਾ ਹੁੰਦਾ ਸੀ? ਹਾਂਜੀ, 4 ਛਪੇ ਦੇ ਘੁੰਮਦਾ ਹੁੰਦਾ ਸੀ ਇਹ ਆਈਆਂ। ਅੱਛਾ, ਫਿਰ ਕਣਕ ਨਿਕਲਦੀ ਸੀ? ਫਿਰ ਕਣਕ ਨਿਕਲਦੀ ਸੀ, ਫਿਰ ਉਹਨੂੰ ਉਡਾਉਂਦੇ ਸੀ, ਫਿਰ ਉਹਨੂੰ ਤਰੰਗਲੀਆਂ ਨਾਲ ਉਡਾਉਂਦੇ ਸਨ, ਤੜਾਂ ਕੱਢਦੇ ਸਨ, ਫਿਰ ਉਹਦਾ ਬੋਲ ਬਣਦੇ ਸਨ। ਅੱਛਾ, ਫਿਰ ਜੱਟ ਆ ਕੇ ਤੋੜ ਕੇ ਲੈ ਜਾਂਦੇ ਸਨ। ਅੱਛਾ ਬਾਬਾ ਜੀ, ਉਹਨੂੰ ਛਾਣਦੇ ਵੀ ਹੋਣੇ ਆ? ਹਾਂ, ਛਾਣਦੇ ਨਹੀਂ ਸਨ, ਉਹ ਸਾਫ ਹੀ ਹੋ ਜਾਂਦੇ, ਇਹਦੇ ਵਿੱਚੋਂ ਸਭ ਕੁਝ ਨਿਕਲ ਜਾਂਦਾ ਸੀ। ਤੇ ਤੂੜੀ ਕਿਵੇਂ ਬਣਾਉਂਦੇ ਸੀ ਉਸ ਜ਼ਮਾਨੇ 'ਚ? ਤੂੜੀ ਤਰ੍ਹਾਂ ਬਣਦੀ ਸੀ, ਤੂੜੀ ਇਸੇ ਤਰ੍ਹਾਂ ਉਡਾਉਂਦੇ ਸਨ, ਤੇ ਤੂੜੀ ਅੱਗੇ ਟੁਰ ਜਾਂਦੀ, ਦਾਣੇ ਪਿੱਛੇ ਰਹਿ ਜਾਂਦੇ। ਅੱਛਾ, ਹਾਂ, ਉਦੋਂ ਫਿਰ ਮੋਟੀ ਮੋਟੀ ਤੂੜੀ ਹੁੰਦੀ ਹੋਣੀ ਹੈ? ਹਾਂ, ਬਰੀਕ ਬਰੀਕ ਤੂੜੀ, ਫਲਿਆਂ ਦੇ ਨਾਲ ਵੀ? ਹਾਂਜੀ, ਉਦੋਂ ਗਾਹ ਹੁੰਦਾ ਸੀ ਜਦੋਂ ਡੰਗਰ ਖੁੱਬਦਾ ਸੀ ਵਿੱਚ ਗਾਹ ਦੇ, 100-100 ਭਰੀ ਦਾ ਗਾਹ ਪਾਉਂਦੇ ਸਨ। ਅੱਛਾ, ਹਾਂ, ਵਾਹ ਜੀ ਵਾਹ। ਅੱਛਾ, ਤੇ ਹੱਲ ਕਿੰਨੇ ਵਜੇ ਜੋੜਦੇ ਹੁੰਦੇ ਸੀ ਸਵੇਰੇ? ਹੱਲ 1 ਵਜੇ, 2 ਵਜੇ, 3 ਵਜੇ ਸਵੇਰੇ ਸਵੇਰੇ। ਅੱਛਾ, ਕਿੰਨੇ ਢੱਗਿਆਂ ਨਾਲ ਤੁਸੀਂ ਵਾਹੁੰਦੇ ਹੁੰਦੇ ਸੀ ਪੈਲੀ ਨੂੰ? 2 ਢੱਗੇ। ਅੱਛਾ, ਉਹਦੇ ਪਿੱਛੇ ਹੱਲ ਬਣਾਈ ਹੁੰਦੀ ਸੀ? ਉਹਦੇ ਪਿੱਛੇ ਹੱਲ ਹੁੰਦੀ ਸੀ, 45 ਹੁੰਦੀ ਸੀ। ਅੱਛਾ, ਉਹਦੇ ਵਿੱਚ ਜਾਂਦੇ ਸਨ। ਕਿੰਨੀਆਂ ਪੈਲੀਆਂ ਰੋਜ਼ ਦੀਆਂ ਕੱਢਦੇ ਸੀ ਢੱਗਾ ਜਿਹੜਾ? ਢੱਗਾ 1 ਕਿੱਲਾ ਵਾਹ ਕੇ ਆਉਂਦਾ ਸੀ, 1 ਜੋਗ 1 ਕਿੱਲਾ ਵਾਹਦੀ। ਜਦੋਂ ਰਾਤ ਨੂੰ 1 ਵਜੇ ਜੋੜਦੇ ਸੀ ਤੁਸੀਂ ਡੰਗਰ, ਹਾਂ, ਵਾਹਣ ਵਾਸਤੇ? ਹਾਂਜੀ। ਤੇ ਸਵੇਰੇ ਕਿੰਨੇ ਵਜੇ ਤੱਕ ਵਾਹਦੇ ਰਹਿੰਦੇ ਸੀ? ਉਹ ਸੂਰਜ ਉਗਦੇ ਨੂੰ 1 ਕਿੱਲਾ ਵਾਹ ਛੱਡਦੇ ਸਨ। ਸੂਰਜ ਉਗਦੇ ਨੂੰ? ਹਾਂ, ਪੈਲੀ ਤਿਆਰ ਕਰ ਦਿੰਦੇ ਸੀ? ਪਿਆ ਤਿਆਰ ਕਰ ਦਿੰਦੇ। ਵਾਹ ਜੀ ਵਾਹ। ਫਿਰ ਛੱਡ ਕੇ ਲਿਆ ਕੇ ਖੁਰਲੀ ਦੇ ਬੰਨਦੇ ਨੇ, ਫਿਰ ਪੱਠੇ ਲਿਆਉਣੇ, ਫਿਰ ਉਹਨਾਂ ਨੂੰ ਕੁਸਰ ਕੇ ਪਾਉਣੇ ਹੱਥ ਵਾਲੇ ਟੋਕੇ ਦੇ। ਅੱਛਾ, ਗੇੜ ਕੇ। ਉਦੋਂ ਬਿਜਲੀ ਤੇ ਹੁੰਦੀ ਨਹੀਂ ਸੀ? ਨਾ ਨਾ, ਬਿਜਲੀ ਬੁਚਲੀ ਕੋਈ ਨਹੀਂ ਸੀ। ਤੇ ਡੰਗਰਾਂ ਦੀ ਖੁਰਾਕ ਕੀ ਹੁੰਦੀ ਸੀ? ਢੱਗਿਆਂ ਨੂੰ ਕੀ ਖਵਾਉਂਦੇ ਸੀ ਜਿਹੜਾ ਤੁਸੀਂ ਇੰਨੀ ਦੇਰ ਉਹ ਕੱਢ ਲੈਂਦੇ ਸੀ?
ਢਗਿਆਂ ਨੂੰ ਪੱਠੇ ਪਾਉਂਦੇ ਸਨ, ਜਵਾਰ ਬਾਜਰਾ ਇਹ ਕੁਤਰ ਕੇ ਪਾਉਣ। ਅੱਛਾ, ਉੱਤੇ ਮਾਲਕ ਜਿਹੜਾ ਹੋਣਾ ਉਸ ਵੰਡਾ ਸੁੱਟ ਦੇਣਾ, ਇਹ ਖੁਰਾਕ ਦਿੰਦੇ। ਤੇ ਬੰਦਿਆਂ ਨੂੰ ਕੀ ਖੁਰਾਕ ਦਿੰਦੇ ਸੀ ਜਿਹੜੇ? ਬੰਦਿਆਂ ਨੂੰ ਰੋਟੀ, ਚਾਹ, ਲੱਸੀ। ਅੱਛਾ, ਬਸ। ਵਾਹ ਜੀ ਵਾਹ। ਦਹੀਂ ਵੀ ਖਾਂਦੇ ਰਹੇ? ਨਾ ਨਾ, ਦਹੀਂ ਨਹੀਂ ਅਸਾਂ ਖਾਧੀ। ਕਿਉਂ ਨਹੀਂ ਖਾਧੀ? ਨਾ ਕਹਿ ਦਿੱਤੀ ਨਹੀਂ। ਅੱਛਾ ਬਾਬਾ, ਇੱਕ ਗੱਲ ਮੈਂ ਬੜੀ ਸੁਣੀ ਹੈ ਕਿ ਅੱਜ ਕੱਲ ਤੇ ਹੁਣ ਉਹ ਜ਼ਮਾਨਾ ਲੰਘ ਗਿਆ। ਲੰਘ ਗਿਆ ਜ਼ਮਾਨਾ, ਜ਼ਮਾਨਾ ਹੋਰ ਆ ਗਿਆ। ਨਹੀਂ, ਮੈਂ ਨਾ ਹੁਣ ਉਹ ਗੱਲ ਪੁੱਛਣ ਲੱਗਾ ਤੁਹਾਡੇ ਕੋਲ ਬਰਾਦਰੀ ਬੇਸ ਤੇ ਕਿ ਹੁਣ ਤੇ ਚਲੋ ਆਪਸ ਚ ਇੱਕ ਜਗ੍ਹਾ ਤੇ ਬਹਿ ਜਾਂਦੇ ਹੋ। ਹਾਂਜੀ। ਉਸ ਵੇਲੇ ਕੀ ਹੁੰਦਾ ਸੀ ਕਿ ਬਈ ਤੁਹਾਡੇ ਲੋਕ ਜਿਹੜੇ ਉਹ ਥੱਲੇ ਬਹਿ ਕੇ ਰੋਟੀ ਖਾਂਦੇ ਸੀ, ਦੂਸਰਾ ਬੰਦਾ ਉੱਤੇ ਬਹਿ ਕੇ ਕਰਕੇ ਪਾਣੀ ਪੀਂਦੇ? ਹਾਂ, ਇਹਦੇ ਬਾਰੇ ਪੁੱਛਣਾ ਕਿ ਜਦੋਂ ਤੁਸੀਂ ਪਾਣੀ ਪੀਣਾ ਹੁੰਦਾ ਸੀ ਅੱਜ ਕਰਕੇ ਤੇ ਬਰਤਨ ਦੇ ਵਿੱਚ ਕਿਉਂ ਨਹੀਂ ਸੀ ਪੀਂਦੇ? ਆਪਣਾ ਬਰਤਨ ਘਰੋਂ ਲਿਜਾਣਾ ਤੇ ਪਾਣੀ ਪੀਣਾ। ਨਹੀਂ ਤੇ ਫਿਰ ਅਗਰ ਜਦੋਂ ਲੱਸੀ ਪਿਲਾਉਂਦੇ ਸੀ ਤੁਹਾਨੂੰ ਰੋਟੀ ਤੋਂ ਬਾਅਦ, ਰੋਟੀ ਵੀ ਸੁਣਿਆ ਮੈਂ ਹੱਥਾਂ ਚ ਰੱਖ ਦਿੰਦੇ ਸੀ? ਹਾਂ ਜੀ, ਹੱਥਾਂ ਚ ਇੱਥੇ। ਅੱਛਾ, ਹਾਂ। ਆਪਣਾ ਬਰਤਨ ਘਰੋਂ ਲਿਜਾਣਾ ਭਾਂਡਾ, ਉਹਦੇ ਨਾਲ ਲੱਸੀ ਪੀਣੀ ਆ। ਨਹੀਂ ਤੇ ਜੇਕਰ ਬਰਤਨ ਨਹੀਂ ਲੈ ਕੇ ਗਏ ਤੁਸੀਂ? ਬਰਤਨ ਆਪਣਾ ਲੈ ਕੇ ਜਾਈਦਾ ਸੀ। ਨਹੀਂ, ਜਦੋਂ ਨਹੀਂ ਸੀ ਲਿਜਾਂਦੇ ਫਿਰ ਬੁੱਕ ਦੇ ਨਾਲ? ਹਾਂ, ਫਿਰ ਬੁੱਕ ਨਾਲ ਫਿਰ ਅੱਜ ਕਰਕੇ। ਕਹਿੰਦੇ ਸੀ ਬੁੱਕ ਚ ਡੁੱਲਣ ਨਹੀਂ ਸੀ ਦਿੰਦੇ ਹੁੰਦੇ? ਹਾਂਜੀ, ਡੁੱਲਣ ਨਹੀਂ ਸਨ ਦਿੰਦੇ। ਵਾਹ ਜੀ ਵਾਹ, ਵੇਖੋ ਕਿੰਨੀਆਂ ਮਿਹਨਤਾਂ ਕੀਤੀਆਂ। ਲੇਕਿਨ ਹੁਣ ਉਹ ਜ਼ਮਾਨਾ ਲੰਘ ਗਿਆ। ਉਹ ਜ਼ਮਾਨਾ ਲੰਘ ਗਿਆ, ਹੁਣ ਕੋਈ ਫਰਕ ਤੇ ਨਹੀਂ ਹੈ? ਨਾ ਨਾ, ਕੋਈ ਫਰਕ ਨਹੀਂ। ਕੋਈ ਮੁਸਲਮਾਨ ਤੇ ਇਸਾਈ ਚ ਕੋਈ ਫਰਕ ਤੇ ਨਹੀਂ ਕਰਦਾ? ਨਾ। ਅੱਛਾ, ਮੈਨੂੰ ਦੱਸੋ ਜਦੋਂ ਇੱਥੋਂ ਸਿੱਖ ਚਲੇ ਗਏ, ਹਾਂ, ਤੁਹਾਨੂੰ ਵੀ ਆਫਰ ਕਰਾਈ ਸੀ ਉਹਨਾਂ ਲੋਕਾਂ ਨੇ ਕਿ ਚਲੋ ਸਾਡੇ ਨਾਲ ਚਲੋ ਯਾਰ ਉਧਰ? ਨਾ, ਕਿਸੇ ਨੇ ਕਰਾਈ। ਉਂਝ ਅਗਰ ਕਹਿੰਦੇ ਤੁਸੀਂ ਚਲੇ ਜਾਣਾ ਸੀ ਕਿ ਇੱਥੇ ਰਹਿਣਾ ਸੀ? ਅਸਾਂ ਉਹਨਾਂ ਕਹਿਣਾ ਹੀ ਨਹੀਂ ਸੀ, ਉਹਨਾਂ ਨੂੰ ਆਪਣੀ ਪਈ ਸੀ। ਅੱਛਾ, ਪਈ ਸੀ ਇੱਥੋਂ ਨਿਕਲੀਏ। ਤੁਹਾਡੇ ਵਾਲਦ ਵੀ ਇਹੀ ਕੰਮ ਕਰਦੇ ਰਹੇ? ਇਹੋ ਹੀ ਕੰਮ ਕਰਦੇ। ਅੱਛਾ, ਕਿਹੜੇ ਸਿੱਖਾਂ ਨਾਲ ਤੁਹਾਡੇ ਵਾਲਦ ਕੰਮ ਕਰਦੇ ਸੀ? ਲੱਭੇ ਸ਼ਾਹ ਨਾਲ। ਲੱਭੇ ਸ਼ਾਹ ਨਾਲ? ਹਾਂਜੀ। ਉਹਦੀ ਕਿੰਨੀ ਕੁ ਜ਼ਮੀਨ ਸੀ? ਉਹਦੀ ਜ਼ਮੀਨ ਸੀ 2 ਮਰਬੇ। ਅੱਛਾ, 2 ਮਰਬੇ। 1 ਮਰਬਾ ਜ਼ਮੀਨ ਦਾ ਅਸੀਂ ਬਣਦੇ ਸਾਂ, ਸਾਡੇ ਵੱਡੇ। ਅੱਛਾ, ਹਾਂ। ਉਹ ਨੰਦੇ ਵਾਲਾ ਖੂਹ ਹੈ। ਅੱਛਾ, 1 ਮਰਬਾ ਮੇਰਾ ਦਾਦਾ ਬਣਦਾ ਸੀ। ਅੱਛਾ, ਕੀ ਨਾਮ ਸੀ ਦਾਦੇ ਦਾ? ਲਾਣਾ। ਅੱਛਾ, ਲਾਣਾ। ਹਾਂਜੀ, ਉਹਦਾ ਕੰਮ ਸੀ ਤੁਮੇ ਤੇ ਹੁੱਕੀ ਰੱਖ ਛੱਡਣੀ ਹੈ ਤੇ ਇੱਕ ਵਾਰੀ 2 ਲਾ ਲੈਂਦੀਆਂ ਨੇ ਮਗਰਾ ਰੂੜੀ ਦਾ ਭਰਨਾ ਲੈ ਪੈਲੀ ਵਿੱਚ। ਅੱਛਾ, ਕਿੱਲੇ ਕਿੱਲੇ ਚ ਰੂੜੀ ਪਾ ਛੱਡਦਾ ਸੀ। ਵਾਹ ਜੀ ਵਾਹ। ਉਦੋਂ ਖਾਦਾ ਨਹੀਂ ਸੀ ਪਾਉਂਦੇ? ਨਾ ਨਾ, ਖਾਦਾ ਕਿੱਥੇ ਸਨ? ਖਾਦਾ ਤੇ ਹੁਣ ਲੱਗੇ ਤੇ ਬੰਦੇ ਵੀ ਕਮਜ਼ੋਰ ਨੇ। ਹੁਣ ਬੰਦੇ ਕਮਜ਼ੋਰ ਨੇ, ਇਹ ਖਾਦਾ ਲੈ ਗਈਆਂ ਨੇ ਤੇ ਨਾਲ ਤਾਂ ਘਿਓ, ਦੇਸੀ ਘਿਓ ਹੁੰਦਾ ਸੀ, ਲੋਕ ਖਾਂਦੇ ਸਨ, ਤਾਕਤਾਂ ਸਨ। ਹੁਣ ਤਾਕਤ ਕੋਈ ਕਿਸੇ ਕੋਲ? ਹੁਣ ਇਹ ਗੱਲ ਆਉਂਦੇ ਨੇ 8 ਬੰਦਿਆਂ ਭੈਣ ਟਾਹਣੀ ਆ। ਅੱਛਾ, ਹਾਂਜੀ, 8 ਬੰਦਿਆਂ ਭੈਣ ਟਾਹਣੀ ਆ, ਇੰਨੀ ਕਮਜ਼ੋਰੀ ਹੈ। ਉਦੋਂ ਕਹਿੰਦੇ ਵਰਦਸ਼ਾਂ ਵੀ ਕਰਦੇ ਸੀ, ਤੇਲ ਤੂਲ ਵੀ? ਹਾਂਜੀ, ਤੇਲ ਤੂਲ ਮਾਰਦੇ ਸਨ, ਵਰਦਸ਼ਾਂ ਕਰਦੇ ਸਨ। ਤੇ ਹੁਣ ਹੁਣ ਤੇ ਆਉਂਦੇ ਨੇ ਜਿਹਦੇ ਕੋਲ ਕਸੇ ਰਿਓ ਵੀ ਆਉਂਦਾ ਦੁੱਧ ਹੀ ਨੂੰ ਦੇ ਯਾਰ। ਉਦੋਂ ਦੁੱਧ ਵੇਚਦੇ ਨਹੀਂ ਸੀ ਹੁੰਦੇ? ਨਾ ਨਾ, ਮੈਂ ਨਾ ਲੱਸੀ ਜਾਣੀ ਉਹਦੇ ਵਿੱਚ ਤੀਲਾ ਧਰਨਾ, ਉਹ ਖੜਿਆ ਰਹਿਣਾ ਤੀਲੇ ਨੇ। ਹਾਂਜੀ, ਮੱਝੀ ਘਾਹ ਖਾਂਦੀਆਂ ਸਨ ਤੇ ਦੁੱਧ ਦਿੰਦੀਆਂ ਸਨ ਸੰਘਣਾ। ਉਦੋਂ ਤੇ ਕਹਿੰਦੇ ਲੱਸੀ ਦੇ ਵਿੱਚ ਵੀ ਮੱਖਣ ਤੈਰਦਾ ਹੁੰਦਾ ਸੀ? ਹਾਂਜੀ, ਮੱਖਣ ਚੱਲਦਾ ਹੁੰਦਾ ਸੀ ਵਿੱਚ ਲੱਸੀ, ਤਾਂ ਹੀ ਤੇ ਕਹਿੰਦੇ ਆ ਬੁੱਕ ਜਿਹੜਾ ਡੁੱਲ ਨਹੀਂ ਸੀ ਦਿੰਦਾ। ਹਾਂਜੀ ਹਾਂਜੀ ਹਾਂਜੀ, ਯਾਰ ਜਿਹੜਾ ਮੱਖਣ ਆਉਂਦਾ ਉਹ ਤੇ ਖਾਈਏ। ਹਾਂ, ਉਹ ਅੜ ਜਾਂਦਾ ਸੀ। ਚੰਗਾ ਜ਼ਮਾਨਾ ਸੀ ਉਂਝ? ਹਾਂ, ਚੰਗਾ ਜ਼ਮਾਨਾ ਚੰਗਾ ਸੀ, ਹੁਣ ਜ਼ਮਾਨਾ ਨਹੀਂ ਚੰਗਾ। ਅੱਛਾ ਬਾਬਾ, ਉਦੋਂ ਸ਼ਰਮ ਹਿਆ ਹੈਗੀ ਸੀ? ਹਾਂਜੀ, ਹੁਣ ਕੋ ਨਹੀਂ, ਹੁਣ ਕੋ ਨਹੀਂ। ਹੁਣ ਤੇ ਪੁੱਤਰਾ ਸ਼ਰਮ ਹਿਆ ਜਿਹੜੀ ਨਾ ਲੰਘ ਗਈ ਹੈ। ਹਾਂ, ਉਦੋਂ ਸਿਆਣੇ ਦੀ ਗੱਲ ਸੁਣਦੇ ਸੀ ਬੱਚੇ, ਹੁਣ ਸੁਣਦੇ ਨੇ? ਨਾ, ਹੁਣ ਨਹੀਂ ਕਿਸੇ ਦੀ ਸੁਣਦਾ। ਹੁਣ ਆਪਣੇ ਤੁਸੀਂ ਆ ਸਿਆਣੇ ਦੀ ਗੱਲ ਸੁਣਦੇ ਹੋ? ਆਪਣੀ ਚਲਾਉਂਦੇ ਨੇ? ਨਹੀਂ, ਆ ਸਿਆਣੇ ਦੀ ਗੱਲ ਅਸਾਂ ਨਹੀਂ ਸੁਣਨੀ, ਇਹ ਸਾਡੀ ਨਹੀਂ ਸੁਣਨੀ। ਅੱਛਾ, ਹਾਂ, ਇਹ ਬਾਬਾ ਦੀ ਗੱਲ ਸੁਣਦੇ ਨੇ, ਤੁਸੀਂ ਸਿਆਣੇ ਹੋ। ਹਾਂ, ਇਹ ਤੁਹਾਡੇ ਬੱਚਿਆਂ ਵਰਗੇ ਨੇ ਨਾ।
ਤੁਸੀਂ ਸੁਣਿਆ ਇਹਨਾਂ ਨੂੰ ਵਿਆਹ ਕੇ ਲਿਆਏ ਸੀ ਆਪ? ਹਾਂਜੀ ਵਿਆਹ ਤੇ ਗਏ ਸਨ। ਹਾਂਜੀ ਕਿੱਥੇ ਵਿਆਹ ਹੋਇਆ ਸੀ? ਆਹ ਪਤਾ ਬਸ ਕਰਦਾ ਰਹੇ ਗੁੰਨਾ ਹੋਰੇ ਉੱਥੇ ਹੋਇਆ ਸੀ। ਗੁੰਨਾ ਹੋਰ? ਹਾਂ ਅੱਛਾ ਆਹ ਜਿਹੜਾ ਗੁਜਰਾਂ ਦਾ ਪਰਾਂ। ਹਾਂਜੀ ਵਾਹ ਜੀ ਵਾਹ। ਕੱਲ੍ਹ 'ਚ ਬਰਾਤ ਗਈ ਸੀ? ਟੁਰਦੀ। ਅੱਛਾ ਟੁਰਦੀ ਗਈ ਹੈ? ਟੁਰਦੀ ਵਾਹ ਜੀ ਵਾਹ। ਤੇ ਟੁਰਦੀ ਤੇ ਕਿੰਨੇ ਦਿਨ ਲੱਗੇ ਸਨ? ਇੱਕੋ ਦਿਨ ਦਿਹਾੜੀ 'ਚ ਹੀ। ਅੱਛਾ ਹਾਂ ਵਾਹ ਇੱਕ ਦੋ ਅਜੇ ਪੜ ਗਏ ਸਨ। ਤੁਹਾਡੇ ਉੱਥੇ ਰਾਤ ਨਹੀਂ ਸੀ ਰੱਖਣ ਦਾ ਰਿਵਾਜ? ਰਾਤ ਰਹੇ ਸਨ। ਅੱਛਾ ਹਾਂ ਸਵੇਰੇ ਫਿਰ ਆ ਗਏ ਸਨ। ਇਹ ਤਾਂ ਸਵੇਰੇ ਸਭ ਤੋਂ ਤੁਰੇ ਹੋਣੇ। ਹਾਂ ਸਹੀ ਹੋ ਗਿਆ। ਅੱਛਾ ਤੁਹਾਡੇ ਜਿਹੜੇ ਨਾਲ ਤੁਸੀਂ ਸੇਵ ਕਰਦੇ ਰਹੇ ਹੋ ਸਿੱਖਾਂ ਦੇ, ਹਾਂ ਉਹਨਾਂ ਵਿੱਚੋਂ ਕੋਈ ਮੁੜ ਕੇ ਆਇਆ? ਆਏ ਸਨ ਦੋ ਸਿੱਖ। ਉਹ ਢੇਰੀ ਦਾ ਸਲਾਮ ਕਰਕੇ ਤੇ ਟੁਰ ਗਏ। ਕਿਹੜੀ ਢੇਰੀ ਦੇ? ਉੱਥੇ ਪਿੰਡ ਦੇ ਵਿਚਕਾਰ ਢੇਰੀ ਹੈ। ਕਿਹੜੇ ਦਰਬਾਰ ਹੈ? ਪਿੰਡ ਦੇ ਵਿਚਕਾਰ ਹੈ। ਅੱਛਾ ਹਾਂ ਦਰਬਾਰ। ਤੇ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਈ? ਨਹੀਂ ਸਾਡੇ ਵੱਡਿਆਂ ਨਾਲ ਹੀ ਹੋਈ ਮੁਲਾਕਾਤ। ਅੱਛਾ ਹਾਂ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਨਹੀਂ ਆਏ? ਨਾ ਫਿਰ ਨਹੀਂ ਆਏ। ਅੱਛਾ ਜਦੋਂ ਉਹ ਗਏ ਨੇ ਜਿਨ੍ਹਾਂ ਨਾਲ ਤੁਸੀਂ ਆਥਰੀ ਕਰਦੇ ਸੀ, ਹਾਂ ਉਹਨਾਂ ਦਾ ਮਾਲ ਡੰਗਰ ਫਿਰ ਤੁਹਾਡੇ ਕੋਲ ਰਿਹਾ ਕਿ ਲੋਕਾਂ ਨੇ ਲੈ ਲਿਆ? ਲੋਕਾਂ ਲੈ ਲਿਆ। ਤੁਹਾਡੇ ਕੋਈ ਸ਼ੈ ਨਹੀਂ ਆਈ? ਨਾ ਕੋਈ ਸ਼ੈ ਨਹੀਂ ਆਈ। ਜੇ ਕੋਈ ਉਹਨਾਂ ਦੇ ਘਰ ਦੇ ਜਿਹੜਾ ਸਮਾਨ ਸੀ ਉਹ ਕਿਹਨੇ ਲੁੱਟਿਆ? ਕੋਈ ਸ਼ੈ ਨਹੀਂ ਲੋਕਾਂ ਦੀ। ਤੇ ਤੁਸੀਂ ਉਦੋਂ ਕੋਈ ਨਹੀਂ ਲੁੱਟਿਆ? ਨਾ ਨਾ ਅਸੀਂ ਆਵਾ ਕੁੱਕਾ ਨਹੀਂ ਇੱਕ ਸ਼ੈ ਨਹੀਂ ਚਾਹੀਦੀ। ਵਾਹ ਜੀ ਵਾਹ। ਆਪਣੀ ਇਮਾਨਦਾਰੀ ਦੇ ਰਹੇ? ਇਮਾਨਦਾਰੀ ਦੇ ਰਹੇ। ਵਾਹ ਜੀ ਵਾਹ ਵਾਹ ਜੀ ਵਾਹ। ਦੇਖੋ ਜੀ ਇਹ ਲੋਕਾਂ ਨੇ ਉਹਨਾਂ ਦੇ ਨਾਲ ਕੰਮ ਵੀ ਕੀਤੇ। ਤੇ ਬਾਬਾ ਜੀ ਉਹਨਾਂ ਦੀਆਂ ਜਿਹੜੀਆਂ ਮਾਵਾਂ ਭੈਣਾਂ ਹੁੰਦੀਆਂ ਸੀ ਉਹ ਜਦੋਂ ਉਹਨਾਂ ਦੇ ਘਰ ਜਾਂਦੇ ਸੀ ਤੁਹਾਡੇ ਤੋਂ ਪਰਦਾ ਕਰਦੀਆਂ ਹੁੰਦੀਆਂ ਸੀ? ਹਾਂਜੀ। ਤੇ ਤੁਸੀਂ ਉਹਨਾਂ ਦੇ ਘਰ ਚਲੇ ਜਾਂਦੇ ਹੁੰਦੇ ਸੀ? ਨਾ ਅਸੀਂ ਨਹੀਂ ਘਰ ਗਏ। ਜੇ ਰੋਟੀ ਲਿਆਉਣੀ ਹੈ ਸਾਡੀਆਂ ਬੀਬੀਆਂ ਲੈ ਆਉਣੀ ਹੈ। ਅੱਛਾ ਨਾ ਜਦੋਂ ਵਿਆਹ ਸ਼ਾਦੀ ਹੁੰਦੀ ਸੀ ਉਦੋਂ ਵੀ ਬਾਹਰ ਹੀ ਅੱਗ ਸ਼ੱਗ ਬਾਲਣੀ? ਅੱਛਾ ਹਾਂ ਘਰ ਲੈ ਜਾਣਾ। ਸਹੀ ਹੋ ਗਿਆ। ਹਾਂ ਹੁਣ 75 ਸਾਲ ਹੋ ਗਏ ਉਹਨਾਂ ਨੂੰ ਗਿਆਨ ਨੂੰ? ਹਾਂਜੀ ਇਹ ਸਾਨੂੰ ਨਹੀਂ ਪਤਾ ਕਿੰਨੇ ਸਾਲ ਕਿੰਨੇ ਸਾਲ ਹੋ ਗਏ ਨੇ। ਕਦੀ ਉਹ ਯਾਦ ਆਏ? ਲੋਕ ਯਾਦ ਆਉਂਦੇ ਨੇ, ਉਹਨਾਂ ਦੀਆਂ ਗੱਲਾਂ ਯਾਦ ਆਉਂਦੀਆਂ? ਹਾਂਜੀ ਗੱਲਾਂ ਯਾਦ ਆਉਂਦੀਆਂ। ਹੁਣ ਕਿੰਨੇ ਸਾਲ ਹੋ ਗਏ ਆਥੜੀ ਛੱਡੀ ਨੂੰ? ਆਥੜੀ ਛੱਡੀ ਨੂੰ ਹੋ ਗਏ 8-10 ਸਾਲ। ਇਹਦਾ ਮਤਲਬ ਵਾਹ ਵਾਹ ਤੁਸੀਂ ਕਰਦੇ ਰਹੇ ਉਮਰ 'ਚ ਵੀ। ਹੋਰ ਅੱਖ ਨੂੰ ਕੀ ਹੋਇਆ? ਅੱਖ ਖਰਾਬ ਹੋ ਗਈ ਸੀ, ਡਾਹਣੀ ਵੱਢਣ ਲੱਗਾ ਸੀ ਬੇਰ ਦੀ, ਉਹਦੇ ਵਿੱਚੋਂ ਕੋਈ ਚਿਰਾਗ ਜਿਹਾ ਪੈ ਗਿਆ ਸੀ, ਬਥੇਰੇ ਦਾਰੂ ਦੂਰੂ ਕਰਾਇਆ ਨੇ ਨਹੀਂ ਬਚੀ। ਕਦੋਂ ਦੀ ਹੋਈ ਹੈ ਖਰਾਬ? ਇਹ ਹੋ ਗਈ ਹੈ 3-4 ਸਾਲ ਹੋ ਗਏ। 3-4 ਸਾਲ? ਹਾਂ। ਵਾਹ ਜੀ ਵਾਹ। ਹੁਣ ਆਪਣੇ ਮੁੰਡੇ ਕੀ ਕੰਮ ਕਰਦੇ ਨੇ? ਮੁੰਡੇ ਕੰਮ ਕਰਦੇ ਨੇ ਆਥੜੀ। ਹਲੇ ਕਰਦੇ ਪਏ ਨੇ? ਹਾਂਜੀ। ਹੁਣ ਕੀ ਅੱਜ ਕੱਲ ਚੱਲਦਾ ਪਿਆ ਆਥੜੀ ਦੀ? ਪਤਾ ਨਹੀਂ ਜੀ ਕੀ ਚੱਲਦਾ, ਨਾ ਕੀਤੀ ਹੈ ਨਾ ਪਤਾ ਹੈ। ਜਦੋਂ ਆਖਰੀ ਸਾਲ ਤੁਸੀਂ ਛੱਡੀ ਸੀ, ਹਾਂ ਉਦੋਂ ਕੀ ਤੁਹਾਨੂੰ ਦਾਣੇ ਮਿਲੇ ਸੀ? ਸਾਨੂੰ ਦਾਣੇ ਮਿਲੇ ਸਨ ਆਥੜੀ 4 ਮਾਣੀ ਆਥੜੀ ਸਾਲ ਦੀ। ਨਹੀਂ ਕੋਈ ਪੈਸੇ ਤਨਖਾਹ ਨਹੀਂ ਸੀ ਲੱਗੀ? ਨਾ ਨਾ। ਹੁਣ ਤੇ ਸੁਣਿਆ ਤਨਖਾਹਾਂ ਲੱਗ ਗਈਆਂ ਨੇ? ਆ ਹੁਣ ਤਨਖਾਹਾਂ ਲੱਗ ਗਈਆਂ। ਸਹੀ ਹੋ ਗਿਆ। ਚਲੋ ਜੀ ਬਜ਼ੁਰਗੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਕੀਤੀਆਂ। ਤੇ ਇਹ ਬਜ਼ੁਰਗ ਵੀ ਮਾਸ਼ਾਅੱਲਾ ਬੈਠੇ ਨੇ ਤੁਹਾਡੇ ਨਾਲ, ਤੇ ਕੋਈ ਆਪਸ 'ਚ ਮਜ਼ਾਕ ਮਜ਼ੂਕ ਵੀ ਕਰਦੇ ਹੋ? ਆਹੋ ਜੀ। ਹੈਂ? ਹਾਂ ਪੁੱਛ ਲਿਆ ਸੀ ਬਿਮਾਰ ਹੋ ਗਿਆ ਸੀ, ਇਹਦੇ ਘਰ ਆਇਆ ਸੀ, ਇਹਦਾ ਪਤਾ ਲਾਇਆ। ਹੈਂ ਬਾਬਾ ਜੀ ਪਤਾ ਕਰਨ ਆਏ ਸੀ? ਵਾਹ ਜੀ ਵਾਹ। ਨਾਗ ਕਿਹੜਾ? ਨਾਗ ਤੇ ਫਰੋਜ਼ਾ ਨਹੀਂ। ਹਾਂ ਇਹ ਟਾਈਗਰ ਹੈ? ਹਾਂ ਟਾਈਗਰ। ਹਾਂ ਤੇ ਇਹ ਕਿਹੜਾ ਹੈ? ਉਹ ਫਰੋਜ਼ਾ ਹੈ? ਨਹੀਂ ਫਰੋਜ਼ਾ ਨਹੀਂ ਹੈ। ਹਾਂ ਉਂਝੀ ਹੈ? ਇਹ ਨਕਲੀ ਹੈ। ਅੱਛਾ 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 ਇਹ ਨਕਲੀ ਹੈ, ਬਸ ਇੱਥੇ ਰਹੇ ਨਾ ਨਕਲੀ ਅਸਲੀ ਸਾਰੀਆਂ ਚੀਜ਼ਾਂ। ਹਾਂਜੀ ਹਾਂ। ਚਲੋ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਕੀਤੀਆਂ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।